ਭਰਾਵਾ ਸਾਨੂੰ ਕੀ ਕੁਛ ਨੀ ਪਤਾ ਖਾਏ ਜੋ ਹੋਣਾ ਸੀ ਹੋ ਗਿਆ ਦੇਖਿਆ ਉੱਪਰ ਜਾ ਕੇ ਕੀ ਹੋਇਆ ਉੱਪਰ ਜਾ ਕੇ ਦੇਖੋ ਸਾਰੇ ਕੀ ਹੋਇਆ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਗੱਲ ਉਹ ਇਹ ਹੈਗਾ ਕਿ ਸੁੱਖਾ ਬਾੜੇ ਵਾਲੀਆ ਇਹ ਆਪਣੇ ਇੱਥੇ ਦੋਸਤ ਦੇ ਨਾਲ ਆਇਆ ਸੀਗਾ ਔਰ ਇਹ ਜਿਹੜਾ ਮੁੰਡਾ ਰੋਹਿਤ ਹੈਗਾ ਇਸ ਘਰ ਦੇ ਵਿੱਚ ਰਹਿੰਦਾ ਹੈਗਾ ਉਹ ਵੀ ਇਹਦਾ ਕੰਪਲੀਸ ਹੈਗਾ ਸੀਗਾ ਇਹ 70/22 ਮੁਕੱਦਮੇ ਦੇ ਵਿੱਚ ਕਿਡਨੈਪਿੰਗ ਦੇ ਕੇਸ ਦੇ ਵਿੱਚ ਇਕੱਠੇ ਦੋਸ਼ੀ ਸੀਗੇ ਸੋ ਇੱਥੇ ਆ ਕੇ ਇਹ ਲੋਕ ਉੱਪਰ ਚਬਾਰੇ 'ਚ ਬੈਠੇ ਸੀਗੇ ਸੋ ਜਿਹਦੇ ਕਰਕੇ ਉੱਥੇ ਇਹਨਾਂ ਦਾ ਜੋ ਜਾਪਦਾ ਹੈਗਾ ਕਿ ਵੀ ਆਪਸ 'ਚ ਕੋਈ ਗੁੱਥਮ ਗੁੱਥਾ ਹੋਏ ਨੇ ਔਰ ਜਿਹਦੇ ਵਿੱਚ ਸੁੱਖਾ ਬਾੜੇ ਵਾਲੀ ਆ ਜਿਹੜਾ ਹੈਗਾ ਉਹਨੂੰ ਗੋਲੀਆਂ ਲੱਗੀਆਂ ਉਹਦੀ ਤਾਂ ਉੱਥੇ ਮੌਕੇ 'ਤੇ ਹੀ ਮੌਤ ਹੋ ਗਈ ਔਰ ਜਿਹੜਾ ਮੁੰਡਾ ਰੋਹਿਤ ਹੈਗਾ ਉਹਦੇ ਭਰਵੱਟੇ ਦੇ ਕੋਲ ਕਿਤੇ ਗੋਲੀ ਦਾ ਨਿਸ਼ਾਨ ਹੈਗਾ ਉਹ ਲੇਕਿਨ ਉੱਥੇ DMC ਗਿਆ ਸੋ ਉੱਥੇ ਉਹਦਾ ਇਲਾਜ ਚੱਲ ਰਿਹਾ ਇੱਕ ਮੁੰਡਾ ਜਿਹੜਾ ਨਾਲ ਆਇਆ ਸੀਗਾ ਸੁੱਖੇ ਦੇ ਉਹ ਮੁੰਡਾ ਜਿਹੜਾ ਹੈਗਾ ਉਹ ਇੱਥੋਂ ਮੌਕੇ ਤੋਂ ਫਰਾਰ ਹੋ ਗਿਆ ਸੀਗਾ ਸੋ ਅਸੀਂ ਉਹਦੇ ਭਾਲ ਕਰ ਰਹੇ ਹਾਂ ਹਾਲੀ ਤੱਕ ਇਹਦੇ ਬਾਰੇ ਬ੍ਰਦਰ ਮੈਂ ਕਹਿ ਨਹੀਂ ਸਕਦਾ ਕਿਉਂਕਿ ਹਾਂ ਸੋ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ 'ਚ ਹੀ ਪਤਾ ਲੱਗੇਗਾ ਠੀਕ ਹੈ ਹਾਂਜੀ ਹਾਲੀ ਉਹ ਦੇਖ ਰਹੇ ਹਾਂ ਜੀ ਅਸੀਂ ਕੱਢ ਰਹੇ ਹਾਂ ਉਹ ਹੈ ਨਾ ਫਿਲਹਾਲ ਨਹੀਂ ਉਹ ਦੇਸੀ ਪਿਸਟਲ ਸੀਗਾ 30 ਬੋਰ ਦਾ ਛਾਤੀ 'ਤੇ ਮੇਨਲੀ ਲੱਗੀ ਹੈ ਗੋਲੀ ਨਹੀਂ ਫਾਇਰ ਜ਼ਿਆਦਾ ਹੋਏ ਨੇ ਕਿਉਂਕਿ ਉੱਥੇ ਖੋਲ ਹੈਗੇ ਨੇ ਤਕਰੀਬਨ 3-4 ਖੋਲ ਨੇ ਨਹੀਂ ਇਹਦੇ ਬਾਰੇ ਤਾਂ ਇਹ ਹੈਗਾ ਜੀ ਕਿ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਹੈ ਉਹ ਇਹ ਹੈ ਕਿ ਵੀ ਤਿੰਨੋਂ ਇਕੱਠੇ ਸੀਗੇ ਇਹਨਾਂ ਦਾ ਆਪਸ 'ਚ ਉੱਥੇ ਝਗੜਾ ਹੋਇਆ ਸੋ ਇਹ ਤਾਂ ਹੁਣ ਪਹਿਲਾਂ ਜਿਹੜਾ ਬੰਦਾ ਰੋਹਿਤ ਹੈਗਾ ਉਹਦੀ ਪੁੱਛਗਿੱਛ ਵੀ ਦੱਸੇਗੀ ਕਿ ਕੀ ਹੋਇਆ ਹੈ ਕਿਵੇਂ ਹੋਇਆ ਹੈ ਔਰ ਜਿਹੜਾ ਮੁੰਡਾ ਦੂਜਾ ਹੈਗਾ ਜਿਹੜਾ ਬੱਬੂ ਉਹ ਭੱਜਿਆ ਹੈਗਾ ਉਹਦੇ 'ਤੇ ਵੀ ਪਤਾ ਲੱਗੇਗਾ ਇਹ ਤਾਂ ਤਫਤੀਸ਼ ਦੀਆਂ ਗੱਲਾਂ ਨੇ ਸਾਰੀਆਂ ਮੌਕੇ 'ਤੇ ਹਾਲੀ ਕੋਈ ਨਹੀਂ ਫੜਿਆ ਗਿਆ ਹੈਗਾ ਸੋ ਹਾਲੀ ਹਾਂ ਇੱਕ ਵੈਪਨ ਹੈਗਾ 30 ਬੋਰ ਦਾ ਪਿਸਟਲ ਹੈਗਾ ਜਿਹੜਾ ਕਿ ਨਜਾਇਜ਼ ਹੈ ਨਹੀਂ ਰੋਹਿਤ ਦਾ ਘਰ ਹੈ ਇਹ ਰੋਹਿਤ ਦਾ ਘਰ ਹੈਗਾ ਔਰ ਇਹਦੇ ਵਿੱਚ ਮੈਂ ਤਾਂ ਤੁਹਾਡੇ ਰਾਹੀਂ ਇੱਕ ਜ਼ਰੂਰ ਇਸ ਪਲੈਟਫਾਰਮ 'ਤੇ ਲੋਕਾਂ ਨੂੰ ਕਹੂੰਗਾ ਕਿ ਇਹ 23 ਕੇਸਾਂ ਦੇ ਵਿੱਚ ਇਹ ਬੰਦਾ ਸੀਗਾ ਮੁਲਜ਼ਮ 23 ਠੀਕ ਹੈ ਇਹ ਭਗੌੜਾ ਇਨ ਦੀ ਸੈਂਸ ਹਾਲੀ ਡਿਕਲੇਅਰ ਨਹੀਂ ਸੀ ਹੋਇਆ ਇਹਨੂੰ ਹਾਈ ਕੋਰਟ ਤੋਂ ਇਹਦੀ ਜ਼ਮਾਨਤ ਜਿਹੜੀ ਹੈ ਉਹ ਕੈਂਸਲ ਹੋ ਗਈ ਸੀਗੀ ਇਹਨੂੰ ਸ਼ਾਮਲ ਤਫਤੀਸ਼ ਹੋਣ ਲਈ ਕਿਹਾ ਗਿਆ ਸੀ ਲੇਕਿਨ ਇਹ ਹੋਇਆ ਨਹੀਂ ਸ਼ਾਮਲ ਤਫਤੀਸ਼ ਸੋ ਇਹਦੇ ਆਰਡਰ ਜਿਹੜੇ ਸੀਗੇ ਹਾਲੀ ਉਹ ਪੈਂਡਿੰਗ ਹੈਗੇ ਨੇ ਉਹ ਕਾਰਵਾਈ ਚੱਲ ਰਹੀ ਹੈ ਅਤੇ ਮੈਂ ਉਹੀ ਦੱਸ ਰਿਹਾ ਮੈਂ ਤੁਹਾਨੂੰ ਬਾਅਦ 'ਚ ਡਿਟੇਲ ਦਊਂਗਾ ਇਹਦੇ ਬਾਰੇ ਪਰ 23 ਕੇਸ ਹਾਂਜੀ ਇਸ਼ੂ ਦਾ ਹਾਲੀ ਅਸੀਂ ਉਹ ਚੈੱਕ ਕਰ ਰਹੇ ਹਾਂ ਅਤੇ ਹਾਂ ਇਸ਼ੂ ਤਾਂ ਰੋਹਿਤ 'ਤੇ ਸੀਗਾ ਇਹਦੇ ਨਾਲ ਹੀ ਸਰਾਭਾ ਨਗਰ ਵਾਲੇ ਕਿਡਨੈਪਿੰਗ ਕੇਸ 'ਚ ਸੀਗਾ ਸੋ ਇਹਦਾ ਕੰਪਲਿਸ ਸੀਗਾ ਲੇਕਿਨ ਜਿਹੜੀ ਗੱਲ ਮੈਂ ਦੱਸਣਾ ਚਾਹੁੰਦਾ ਇੱਥੇ ਕਿ ਇਹ ਬੰਦਾ ਜਿਹਦੇ 'ਤੇ 23 ਕੇਸ ਇਹਦੀ ਉਮਰ ਦੇਖੋ ਕਿੰਨੀ ਹੈਗੀ ਹੈ ਯੰਗ ਬੰਦਾ ਹੈ ਔਰ ਇਹਦੇ 'ਤੇ 23 ਕੇਸ ਆਲਰੇਡੀ ਚੱਲ ਰਹੇ ਨੇ ਅਤੇ ਇਹਦਾ ਅੰਤ ਦੇਖੋ ਕਿੱਦਾਂ ਹੋਇਆ ਛੋਟੀ ਉਮਰ ਦੇ ਵਿੱਚ ਸੋ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਅੰਤ ਜਿਹੜੇ ਵੀ ਬੰਦੇ ਗਲਤ ਕੰਮ ਕਰ ਰਹੇ ਨੇ ਅੰਤ ਉਹਨਾਂ ਦਾ ਬੁਰਾ ਹੀ ਲਿਖਿਆ ਹੋਇਆ ਇਸ ਕਰਕੇ ਇੱਕ ਮੇਰੀ ਬੇਨਤੀ ਸੁਣ ਲਓ ਪਹਿਲਾਂ ਬ੍ਰਦਰ ਮੇਰੀ ਬੇਨਤੀ ਹੋ ਜਾਏਗੀ ਅਤੇ ਇਹ ਅੰਤ ਜਿਹੜਾ ਹੈਗਾ ਇਹ ਮਾੜਾ ਹੀ ਹੈਗਾ ਔਰ ਇਹਨਾਂ ਲੋਕਾਂ ਦਾ ਅੰਤ ਇੱਦਾਂ ਹੀ ਹੁੰਦਾ ਹੈ ਇਸ ਕਰਕੇ ਮੇਰੀ ਗੁਜ਼ਾਰਿਸ਼ ਹੈ ਉਹਨਾਂ ਸਾਰਿਆਂ ਬੱਚਿਆਂ ਨੂੰ ਕਿ ਉਹ ਇਹ ਬੁਰੇ ਕੰਮ ਛੱਡ ਕੇ ਅਤੇ ਅੱਛੇ ਕੰਮਾਂ ਵਾਲੇ ਪਾਸੇ ਜਾਣ ਕਾਨੂੰਨ ਨੂੰ ਸਰੈਂਡਰ ਕਰਨ ਕਾਨੂੰਨ ਦੇ ਮੁਤਾਬਕ ਚੱਲਣ ਔਰ ਆਪਣੀ ਗਲਤੀਆਂ ਨੂੰ ਸੁਧਾਰ ਲੈਣੇ ਮੌਕਾ ਹੈਗਾ ਉਹਨਾਂ ਕੋਲ ਜਿੰਨੀ ਦੇਰ ਤੱਕ ਜ਼ਿੰਦਗੀ ਹੈਗੀ ਹੁਣ ਪੁੱਛ ਲਓ ਤੁਸੀਂ ਜੀ ਨਹੀਂ ਨਹੀਂ ਐਸਾ ਕੁਛ ਨਹੀਂ ਹੈ ਜੀ ਹਾਲੀ ਤੱਕ ਐਸਾ ਕੁਛ ਨਹੀਂ ਹੈ ਹਾਲੀ ਦੇਖੋ ਉਹ ਹਾਲੀ ਤਫਤੀਸ਼ ਦੀਆਂ ਗੱਲਾਂ ਨੇ ਇੰਨੀ ਕੀ ਤਫਤੀਸ਼ ਮੈਂ ਤੁਹਾਨੂੰ ਦੱਸ ਸਕਦਾ ਇਹ ਤੋਂ ਬਾਅਦ ਹਾਲੀ ਹਾਂਜੀ ਕਿਹੜੀ ਜੀ ਉਹ ਰੋਹਿਤ ਦੀ ਸਾਲੀ ਦੱਸੀ ਜਾਂਦੀ ਹੈ ਜੀ ਹਾਂ ਉਹ ਇੱਥੇ ਨੇ ਅਸੀਂ ਕਰਦੇ ਹਾਂ ਜੀ ਤਰ ਹੁਣ 3 ਵਜੇ ਦੀ ਗੱਲ ਹੈ ਘੰਟਾ ਸਵਾ ਘੰਟਾ ਇਹ ਲੋਕ ਬੈਠੇ ਨੇ ਅਤੇ ਉਦੋਂ 3 ਵਜੇ ਨਾਲ ਇਹ ਘਟਨਾ ਵਾਪਰੀ ਹੈ ਇਹ ਦੋਸਤ ਸੀਗੇ ਜੀ ਔਰ ਕਿਡਨੈਪਿੰਗ ਦੇ ਪਰਚੇ ਦੇ ਵਿੱਚ ਦੋਨੋਂ ਮੁਲਜ਼ਮ ਸੀਗੇ ਇਕੱਠੇ ਬੱਬੂ ਦਾ ਅਸੀਂ ਲੱਭ ਰਹੇ ਹਾਂ ਜੀ ਸਾਰਾ ਥੈਂਕ ਯੂ ਸੋ